ਆ ਵੇਖੋ ਕਿਵੇਂ ਦੁਕਾਨਾਂ 'ਚ ਵੜ ਗਿਆ ਟਰਾਲਾ, ਚਾਲਕ ਦੀ ਹੋ ਗਈ ਮੌਕੇ 'ਤੇ ਹੀ ਮੌਤ। ਤਾਂ ਦੱਸ ਦਈਏ ਕਿ ਵੱਡਾ ਹਾਦਸਾ ਹੋਇਆ ਜਿੱਥੇ ਟਰਾਲਾ ਦੋ ਦੁਕਾਨਾਂ ਦੇ ਅੰਦਰ ਵੜ ਜਾਂਦਾ, ਜਿਸ ਕਾਰਨ ਇਸ ਚਾਲਕ ਦੀ ਮੌਤ ਹੋ ਗਈ ਹੈ। ਤਾਂ ਦੁਕਾਨਾਂ ਦਾ ਮਲਬਾ ਇਸ ਟਰਾਲੇ ਦੇ ਉੱਤੇ ਡਿੱਗ ਜਾਂਦਾ ਹੈ ਅਤੇ ਮਲਬੇ ਦੇ ਹੇਠ ਇਸਦਾ ਚਾਲਕ ਦੱਬ ਜਾਂਦਾ ਹੈ। ਤਾਂ ਕਰੇਨ ਬੁਲਾ ਕੇ ਇਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤਾਂ ਕਰੀਬ 3 ਘੰਟਿਆਂ ਦੀ ਕੜੀ ਮਸ਼ਕਤ ਤੋਂ ਬਾਅਦ ਇਹਨਾਂ ਨੂੰ ਬਾਹਰ ਕੱਢਿਆ ਗਿਆ ਹੈ ਅਤੇ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਵੇਖ ਸਕਦੇ ਹੋ ਕਿ ਕਿੰਨਾ ਭਿਆਨਕ ਇਹ ਹਾਦਸਾ ਸੀ ਜਿਸ ਦੇ ਵਿੱਚ ਇਸ ਚਾਲਕ ਦੀ ਮੌਤ ਹੋ ਗਈ ਹੈ। ਤਾਂ ਵੱਡੀ ਕਰੇਨ ਬੁਲਾਈ ਗਈ ਸੀ ਜਿਸ ਤੋਂ ਬਾਅਦ ਟਰਾਲੇ 'ਤੇ ਡਿੱਗਿਆ ਹੋਇਆ ਮਲਬਾ ਹਟਾਇਆ ਗਿਆ ਅਤੇ ਇਹਨਾਂ ਨੂੰ ਬਾਹਰ ਕੱਢਿਆ ਗਿਆ। ਤਾਂ ਦੱਸ ਦਈਏ ਕਿ ਮਾਮਲਾ ਫਾਜ਼ਿਲਕਾ ਤੋਂ ਸਾਹਮਣੇ ਆਇਆ ਜਿੱਥੇ ਦੇਰ ਰਾਤ 3 ਵਜੇ ਦਾ ਸਮਾਂ ਸੀ ਜਦੋਂ ਇਸ ਟਰਾਲੇ ਦਾ ਸੰਤੁਲਨ ਵਿਗੜਦਾ ਹੈ ਅਤੇ ਸਿੱਧਾ ਜਾ ਕੇ ਦੋ ਦੁਕਾਨਾਂ ਦੇ ਅੰਦਰ ਵੜ ਜਾਂਦਾ ਹੈ। ਤਾਂ ਭਾਰੀ ਨੁਕਸਾਨ ਦੁਕਾਨਾਂ ਦਾ ਵੀ ਹੋ ਜਾਂਦਾ ਹੈ ਅਤੇ ਇਸ ਦੇ ਵਿੱਚ ਇਸ ਟਰਾਲਾ ਚਾਲਕ ਦੀ ਮੌਤ ਹੋ ਜਾਂਦੀ ਹੈ। ਤਾਂ 3 ਘੰਟੇ ਤੱਕ ਇਹਨਾਂ ਨੂੰ ਬਾਹਰ ਕੱਢਣ ਦਾ ਕੰਮ ਚੱਲਦਾ ਰਹਿੰਦਾ ਹੈ ਅਤੇ ਫਿਰ ਇਸ ਸ਼ਖਸ ਨੂੰ ਬਾਹਰ ਕੱਢਿਆ ਜਾਂਦਾ ਹੈ ਅਤੇ ਹਸਪਤਾਲ ਦੇ ਵਿੱਚ ਇਸਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭਿਜਵਾ ਦਿੱਤਾ ਹੈ। ਤਾਂ ਬੜਾ ਹੀ ਦਰਦਨਾਕ ਹਾਦਸਾ ਹੋਇਆ ਜਿੱਥੇ ਰਾਤ ਦੇ ਸਮੇਂ ਟਰਾਲਾ ਜਾ ਰਿਹਾ ਸੀ ਤਾਂ ਇਸਦਾ ਸੰਤੁਲਨ ਵਿਗੜ ਗਿਆ, ਜਿਸ ਤੋਂ ਬਾਅਦ ਇਹ ਸਿੱਧਾ ਦੁਕਾਨਾਂ ਦੇ ਅੰਦਰ ਵੜ ਜਾਂਦਾ ਹੈ ਅਤੇ ਦੁਕਾਨਾਂ ਦਾ ਵੀ ਭਾਰੀ ਨੁਕਸਾਨ ਹੋ ਜਾਂਦਾ ਹੈ। ਜਦਕਿ ਇਸ ਸ਼ਖਸ ਦੀ ਇਸ ਹਾਦਸੇ ਦੇ ਵਿੱਚ ਜਾਨ ਚਲੀ ਗਈ। ਦੇਖੋ ਜੀ, ਕੀ ਗੱਲ ਹੋਈ, ਕੀ ਗੱਲ ਨਹੀਂ, ਗੱਡੀ ਡਰਾਈਵਰ ਨਾਲ ਆਪਾਂ ਦਾ ਪਤਾ ਨਹੀਂ ਜੀ। ਠੀਕ ਹੈ, ਅਤੇ ਸਾਨੂੰ ਸਵੇਰੇ ਫੋਨ ਆਇਆ ਵੀ ਤੁਹਾਡੇ ਇੱਥੇ ਜਵਾਈ ਦੁਕਾਨ 'ਤੇ ਗੱਡੀ ਅੰਦਰ ਚਲੀ ਗਈ ਅਤੇ ਅਸੀਂ ਆਏ ਹਾਂ ਮੌਕੇ 'ਤੇ, ਔਰ ਬੰਦੇ ਨੂੰ ਮਾੜਾ ਮੋਟਾ ਨਾਲ ਲੱਗ ਕੇ ਕਰਨਾ ਚਾਹੀਦਾ, ਚਾਹੇ ਬੰਦਾ ਬਾਹਰ ਦਾ। ਠੀਕ ਹੈ ਜੀ, ਜੋ ਵਾਕਿਆ ਬਹੁਤ ਮਾੜਾ ਹੋਇਆ ਜੀ। ਬਾਕੀ ਦੇਖੋ, ਪਰਮਾਤਮਾ ਨੂੰ ਪਤਾ ਵੀ ਡਰਾਈਵਰ ਨੂੰ ਨੀਂਦ ਆਈ ਹੈ ਕਿ ਦੋ ਲਾਈਟਾਂ ਪਈਆਂ ਨੇ ਕਿ ਘਬਰਾਹਟ ਦੇ ਨਾਲ ਐਕਸੀਲੇਟਰ 'ਤੇ ਪੈਰ ਆ ਗਿਆ ਜੀ। ਇਹ ਤਾਂ ਮੌਕੇ ਦੀ ਗੱਲ ਹੈ ਜੀ। ਦੋ ਦੁਕਾਨਾਂ ਨੂੰ ਨੁਕਸਾਨ ਹੈ ਜੀ। ਇੱਕ ਤਾਂ ਜੀ ਦੁਕਾਨ ਹੈਗੀ ਹੈ ਜਗਦੀਸ਼ ਸੇਤੀਆ ਜੀ ਦੀ। ਅੱਛਾ ਜੀ। ਦੂਸਰੀ ਦੁਕਾਨ ਕਿਹਨਾਂ ਦੀ? ਵਿਵੇਕ ਬਾਗਲਾ। ਵਿਵੇਕ ਬਾਗਲਾ ਜੀ ਦੁਕਾਨ ਦੂਸਰੀ ਜੀ। ਇਹ ਦੋ ਦੁਕਾਨ ਨੁਕਸਾਨ ਹੋਇਆ ਜੀ। ਵਿਵੇਕ ਬਾਗਲਾ ਜੀ ਨੁਕਸਾਨ ਬਹੁਤ ਭਾਰੀ ਹੋਇਆ ਜੀ। ਅੰਦਰ ਮੰਨਿਆ ਜਾਂਦਾ ਆਪਣਾ ਕਾਊਂਟਰ ਵਗੈਰਾ ਟੁੱਟ ਗਏ ਨੇ ਔਰ ਪਿੱਲਰ ਵੀ ਟੁੱਟ ਗਏ ਨੇ, ਕਿਵੇਂ ਸਮਾਨ ਸਾਰਾ ਖਰਾਬ ਹੋ ਗਿਆ ਇਹਨਾਂ ਦਾ। ਇਹ ਭਾਜੀ ਪੈਸੇ ਤਾਂ ਇੱਕ ਬੰਦੇ ਦੇ ਬਾਜੀ ਖੇਡਣੀ ਸੀਗੀ। ਦੋ ਇਹਨਾਂ ਕਰੇਨਾਂ ਆਈਆਂ ਨੇ, ਦੋ ਕਰੇਨਾਂ ਦੇ ਨਾਲ ਹੀ ਇਹ ਕੰਮ ਜਿਹੜਾ ਸਫਲ ਹੋ ਸਕਿਆ, ਬੰਦਾ ਕੱਢ ਸਕਣੇ ਬਾਹਰ, ਨਹੀਂ ਤਾਂ ਕੰਮ ਔਖਾ ਸੀਗਾ। ਇਹ ਜੀ ਟਰਾਲਾ ਆ ਰਿਹਾ ਸੀਗਾ, ਅਨੋਖਾ ਕੁਕਰਾਂ ਦਾ ਟਰਾਲਾ ਸੀਗਾ। ਇਹ ਸੁਬਹਾ ਕਿਤੇ 4 ਵਜੇ ਇਹਨਾਂ ਨੂੰ ਦੇਖਾਂਗੇ, ਕਨੈਕਟਰ ਉੱਥੇ ਹਸਪਤਾਲ ਦੇ ਵਿੱਚ ਹੈਗਾ, ਉਹਨੂੰ ਪੁੱਛਗਿੱਛ ਕਰਾਂਗੇ ਵੀ ਕੀ ਗੱਲ ਹੋਈ ਹੈ। ਅਤੇ ਜਿਹੜਾ ਆ ਕੇ ਇਹਨੇ ਪੁੱਲ ਦੇ ਲਹਿੰਦਿਆਂ ਸਾਰ ਹੀ ਜਿਹੜਾ ਥੱਲੇ ਦੁਕਾਨ ਦੇ ਵਿੱਚ ਵੜ ਗਿਆ ਹੈ। ਇਹਦਾ ਹੁਣ ਕਾਰਨਾਂ ਦਾ ਪਤਾ ਲੱਗੂਗਾ ਵੀ ਕੀ ਕਾਰਨ ਸੀਗਾ ਇਹਦਾ, ਵੀ ਜਾਂ ਨੀਂਦ ਆਈ ਜਾਂ ਕਿਵੇਂ ਆ। ਉਸ ਕਰਕੇ ਜਿਹੜੀ ਆ ਡਰਾਈਵਰ ਦੀ ਅਤੇ ਉਹ ਛੱਤ ਟੁੱਟਣ ਦੇ ਨਾਲ ਛੱਤ ਜਿਹੜੀ ਸੀ ਉਹ ਦੁਕਾਨ ਦੀ ਉੱਪਰ ਡਿੱਗਣ ਕਰਕੇ ਡਰਾਈਵਰ ਦੀ ਜਿਹੜੀ ਮੌਤ ਹੋ ਗਈ ਆ ਅਤੇ ਕਨੈਕਟਰ ਜਿਹੜਾ ਉਹਨੂੰ ਮਾਮੂਲੀ ਸੱਟਾਂ ਹੈਗੀਆਂ ਨੇ, ਉਹਨੂੰ ਅਸੀਂ ਸਰਕਾਰੀ ਹਸਪਤਾਲ ਜਿਹੜਾ ਸੀਗਾ 4 ਵਜੇ ਅਸੀਂ ਉਹਨੂੰ ਦਾਖਲ ਕਰਵਾ ਦਿੱਤਾ ਸੀ। ਦੁਕਾਨ ਦਾ ਵੀ ਜਿਹੜਾ ਨੁਕਸਾਨ ਜਿਹੜਾ ਕਾਫੀ ਹੋਇਆ, ਜਿਹੜਾ ਇੱਕ ਦੁਕਾਨ ਦਾ ਹੋਇਆ ਜੀ, ਜਿਹੜਾ ਜਿਹੜੀ ਮੇਨ ਦੁਕਾਨ, ਦੋ ਦੁਕਾਨਾਂ ਨੇ ਜੀ ਨਾਲ ਨਾਲ ਦੋ ਦੁਕਾਨਾਂ ਜਿਹੜੀਆਂ ਨੇ ਉਹ ਕਾਫੀ ਜਿਹੜਾ ਉਹਨਾਂ ਦਾ ਨੁਕਸਾਨ ਹੋ ਗਿਆ। ਇਹ ਅਗਲੀ ਕਾਰਵਾਈ ਦੇਖੋ ਜੀ ਲਾਉਂਦੇ ਨੇ ਮਾਲਕ ਇਹਨਾਂ ਦੇ, ਜਿਵੇਂ ਉਹ ਮਾਲਕਾਂ ਦੇ ਅਗਲੀ ਜਿਹੜੀ ਕਾਰਵਾਈ ਆ ਅਫਸਰ ਸੀਨੀਅਰ ਅਫਸਰਾਂ ਦੇ ਧਿਆਨ 'ਚ ਲਿਆ ਕੇ ਜੋ ਵੀ ਕਾਰਵਾਈ ਹੋਈ ਹੈ ਬਹੁਤ ਜ਼ਿਆਦਾ ਜੀ। ਅਸੀਂ ਸਵੇਰ ਆਪਣੇ 3 ਵਜੇ 'ਤੇ ਲੱਗੇ ਹੋਏ ਹਾਂ ਜੀ, ਉਦੋਂ ਦੇ ਅਸੀਂ ਜਿਹੜੀਆਂ ਕਰੇਨਾਂ ਜਿਹੜੀਆਂ ਸੀ ਉਹ ਲੱਭ ਕੇ ਲਿਆ ਕੇ ਇਹਨਾਂ ਨੂੰ ਅਸੀਂ ਮਤਲਬ ਉਹ ਲਿਆ ਕੇ ਕੱਢਿਆ ਹੈ। ਅਸੀਂ ਤਾਂ ਸਰਕਾਰ ਤੋਂ ਇਹੀ ਮੰਗ ਕਰਦਾ ਵੀ ਜਿਹੜੀ ਇੱਕ ਸਰਕਾਰੀ ਜਿਹੜੀ ਆ ਕਰੇਨ ਹੋਣੀ ਚਾਹੀਦੀ, ਜਿਹੜਾ ਕੁਦਰਤੀ ਕੋਈ ਹਾਦਸਾ ਹੋ ਜਾਵੇ, ਜਿਹੜਾ ਮੌਕੇ 'ਤੇ ਆ ਕੇ ਅਸੀਂ ਡਰਾਈਵਰ ਦੀ ਜਿਹੜੀ ਜਾਨ ਬਚਾਈ ਜਾ ਸਕੀਏ।